ਦਾਖਾ ਜਿਮਣੀ ਚੋਣ ਦੇ ਵਿੱਚ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਯਾਲੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ਨੂੰ ਵਧਾਈ ਦੇਣ ਲਈ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਖੁਦ ਦਾਖਾ ਹਲਕੇ 'ਚ ਪਹੁੰਚੇ ਹੋਏ ਨੇ। ਕੀ ਕਹਿਣਾ ਹੈ ਬਿਕਰਮ ਮਜੀਠੀਆ ਦਾ, ਤੁਸੀਂ ਵੀ ਦੇਖੋ ਇਹ ਖਾਸ ਰਿਪੋਰਟ। ਪਹਿਲਾਂ ਮੈਂ ਸਮੂਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨਾਂ ਵੱਲੋਂ ਸੱਚੇ ਪਾਤਸ਼ਾਹ ਦਾ ਕੋਟਨ ਕੋਟ ਧੰਨਵਾਦ ਉਹਨਾਂ ਦੇ ਚਰਨਾਂ 'ਚ ਸੀਸ ਨਿਵਾ ਕੇ ਕਰਦੇ ਹਾਂ। ਜਿਹੜੀ ਗੁਰੂ ਸਾਹਿਬ ਨੇ ਅੱਜ ਬਹੁਤ ਵੱਡੀ ਬਖਸ਼ਿਸ਼ ਅਯਾਲੀ ਸਾਹਿਬ 'ਤੇ ਸ਼੍ਰੋਮਣੀ ਅਕਾਲੀ ਦਲ 'ਤੇ ਕੀਤੀ, ਕਿਉਂਕਿ ਅੱਜ 21 ਸਾਲਾਂ ਬਾਅਦ ਕੋਈ ਰੂਲਿੰਗ ਪਾਰਟੀ 22 ਇਲੈਕਸ਼ਨ ਹਾਰ ਰਹੀ ਹੈ। ਇਹ ਲਾਸਟ 98 'ਚ ਆਦਮਪੁਰ 'ਚ ਹੋਇਆ ਸੀ, ਜਦੋਂ 6 ਵੋਟਾਂ ਦੇ ਫਰਕ ਨਾਲ ਆਦਮਪੁਰ ਦੀ ਸੀਟ ਕਾਂਗਰਸ ਨੇ ਜਿੱਤੀ ਸੀ। ਅੱਜ 21 ਸਾਲਾਂ ਬਾਅਦ ਘੱਟੋ ਘੱਟ 20-25-22 ਇਲੈਕਸ਼ਨਸ ਹੋ ਗਈਆਂ, ਕਦੇ ਰੂਲਿੰਗ ਪਾਰਟੀ ਸੀਟ ਨਹੀਂ ਹਾਰੀ। ਔਰ ਰੂਲਿੰਗ ਪਾਰਟੀ ਨੇ ਇਕੱਲੀ ਸੀਟ ਨਹੀਂ ਹਾਰੀ ਹੈ, ਵੱਡੇ ਕੈਪਟਨ ਦਾ, ਕੈਪਟਨ ਅਮਰਿੰਦਰ ਸਿੰਘ ਦਾ ਚਹੇਤਾ, ਸਭ ਤੋਂ ਨਿਕਟਵਰਤੀ ਸਾਥੀ ਜਿਹਨੂੰ ਇਹਨਾਂ ਨੇ ਜਿਹਨੂੰ ਜਿਤਾਉਣ ਵਾਸਤੇ ਪੂਰੇ ਡੰਡੇ ਤੰਤਰ ਦਾ, ਧੱਕੇਸ਼ਾਹੀ ਦਾ, ਹਰ ਤਰੀਕੇ ਦਾ, ਪੈਸੇ ਦਾ ਦੁਰਵਿਯੋਗ, ਹਰ ਚੀਜ਼ ਦੀ ਵਰਤੋਂ ਕੀਤੀ ਸੀ ਕੇਵਲ ਅਤੇ ਕੇਵਲ ਨਿੱਕੇ ਕੈਪਟਨ ਨੂੰ ਜਿਤਾਉਣ ਵਾਸਤੇ। ਔਰ ਭਾਵੇਂ ਉਹ ਆਪ ਸੀ, ਭਾਵੇਂ ਉਹ ਲਿਪ ਸੀ, ਜਿੰਨੀਆਂ ਪਾਰਟੀਆਂ ਸਨ, ਰਲ ਮਿਲ ਕੇ ਸਭ ਦਾ ਇੱਕੋ ਨਿਸ਼ਾਨਾ ਸੀ ਕਿ ਅਯਾਲੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਇੱਥੋਂ ਕਿਸੇ ਹਾਲਾਤ 'ਚ ਨਹੀਂ ਜਿੱਤਣਾ ਚਾਹੀਦਾ, ਹੋਰ ਜਿਹੜਾ ਮਰਜ਼ੀ ਜਿੱਤ ਜਾ। ਮਗਰ ਗੁਰੂ ਸਾਹਿਬ ਦੀ ਬਖਸ਼ਿਸ਼ ਅਤੇ ਦਾਖੇ ਹਲਕੇ ਦੇ ਲੋਕਾਂ ਨੇ ਸਰ ਮਨਪ੍ਰੀਤ ਸਿੰਘ ਜੀ ਅਯਾਲੀ ਦੇ ਕੰਮਾਂ ਨੂੰ ਵੇਖਦਿਆਂ ਵੱਡੇ ਕੈਪਟਨ ਨੂੰ ਵੀ ਇਸ ਹਲਕੇ ਤੋਂ ਭਜਾਇਆ, ਛੋਟੇ ਕੈਪਟਨ ਨੂੰ ਵੀ ਭਜਾਇਆ, ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਜੀ, ਔਰ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ, ਜਿਹਨੇ ਹਰ ਇੱਕ ਉਸ ਨੌਜਵਾਨ ਦੀ, ਬਜ਼ੁਰਗ ਦੀ, ਮਾਤਾ ਦੀ, ਭੈਣ ਦੀ ਮੈਂ ਧੰਨਵਾਦੀ ਹਾਂ, ਜਿਨ੍ਹਾਂ ਨੇ ਜਬਰ ਅਤੇ ਜ਼ੁਲਮ ਦੇ ਖਿਲਾਫ਼, ਤੁਸੀਂ ਕਰਤਾਰ ਸਿੰਘ ਜੀ ਸਰਾਭਾ ਦੀ ਉਸ ਪਿੰਡ 'ਚ ਵੀ ਤੁਸੀਂ ਦੇਖਿਆ ਸੀਗਾ ਕਿਵੇਂ ਚੋਣ ਜਿਹੜੀ ਪ੍ਰਕਿਰਿਆ ਉਹਦੀ ਕਿਵੇਂ ਉਲੰਘਣਾ ਹੋ ਰਹੀ ਸੀ, ਔਰ ਪ੍ਰਸ਼ਾਸਨ ਸੁੱਤਾ ਪਿਆ ਸੀ, ਮਗਰ ਲੋਕਾਂ ਨੇ ਜਵਾਬ ਦਿੱਤਾ। ਔਰ ਮੈਂ ਬਾਰ ਬਾਰ ਕਹਿੰਦਾ ਕਿ 21 ਸਾਲਾਂ ਬਾਅਦ ਆਪੋਜੀਸ਼ਨ ਪਾਰਟੀ ਦਾ ਸਰਕਾਰ ਦੇ ਜਬਰ ਨੂੰ, ਸਰਕਾਰ ਦੇ ਜ਼ੁਲਮ ਨੂੰ ਹਰਾਉਣਾ, ਔਰ ਸਿੱਧਾ CM ਹਾਊਸ ਦੇ ਕੈਂਡੀਡੇਟ ਨੂੰ, ਕੈਪਟਨ ਦੀ ਸੱਜੀ ਬਾਂਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਇੱਕ ਸਿੱਧੀ ਚੇਤਾਵਨੀ ਅੱਜ ਦੇ ਰੂਪ 'ਚ ਗਈ ਹੈ ਕਿ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਰਿਜੈਕਟ ਕਰਦੇ, ਉਹਨਾਂ ਦੇ ਫੇਵਰੇਟ ਕੈਂਡੀਡੇਟ ਨੂੰ ਦਾਖੇ ਹਲਕੇ ਦੇ ਲੋਕਾਂ ਨੇ ਵਿਹਲਾ ਕਰਨ ਦਾ ਕੰਮ ਕੀਤਾ। ਸਰ 2022 ਦੀ ਅੱਜ ਦੇ ਤੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ ਕਿ ਅੱਜ ਦੇ ਜਿਹਦਾ ਸੀਟ ਜਿੱਤੀ ਹੈ 21 ਸਾਲ ਦਾ ਕਹਿ ਰਹੇ ਹੋ, 21 ਸਾਲ ਬਾਅਦ ਉਪ ਚੁਣਾਵ ਜਿੱਤ ਹੋਈ ਹੈ ਆਪੋਜੀਸ਼ਨ ਪਾਰਟੀ, ਇਹ ਰਿਕਾਰਡ ਹੈ ਜੀ, ਆਦਮਪੁਰ ਤੋਂ ਬਾਅਦ ਕੋਈ ਉਪ ਚੁਣਾਵ ਰੂਲਿੰਗ ਪਾਰਟੀ ਕਦੇ ਹਰੀ ਨਹੀਂ, ਇਸ ਸੀਟ ਦਾ ਆਉਣ ਵਾਲੇ ਟਾਈਮ 'ਚ ਕੀ ਪ੍ਰਭਾਵ ਪਊਗਾ? ਸੁਭਾਵਿਕ ਹੈ ਜੀ, ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਸਭ ਤੋਂ ਚੇਤਾ ਨਿੱਕਾ ਕੈਪਟਨ, ਵੱਡੇ ਕੈਪਟਨ ਦਾ ਨਿੱਕਾ ਕੈਪਟਨ ਕਾਂਗਰਸ ਦਾ ਦਾਖੇ ਹਲਕੇ 'ਚ ਖਲੋਤਾ ਸੀ, ਔਰ ਸਾਰੀ ਪਾਰਟੀਆਂ ਨਾਲ, ਆਪ ਨਾਲ, ਲਿਪ ਨਾਲ, ਹਰੇਕ ਨਾਲ ਰਲ ਕੇ ਇੱਕੋ ਨਿਸ਼ਾਨਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਸਿੰਘ ਯਾਲੀ ਨਹੀਂ ਜਿੱਤਣਾ ਚਾਹੀਦਾ। ਮਗਰ ਗੁਰੂ ਸਾਹਿਬ ਦੀ ਕਿਰਪਾ ਅਤੇ ਗੁਰੂ ਸਾਹਿਬ ਦੀ ਸੰਗਤਾਂ ਦਾ ਪਿਆਰ, ਇਹ ਲੋਕਾਂ ਦੀ ਜਿੱਤ ਹੋਈ ਹੈ, ਲੋਕਤੰਤਰ ਦੀ ਵੱਡੀ ਜਿੱਤ ਹੋਈ ਹੈ, ਔਰ ਤਾਨਾਸ਼ਾਹੀ ਜਿਹੜੇ ਅਫਸਰ ਰਵੱਈਆ ਅਪਣਾ ਰਹੇ ਸਨ, ਚਾਹੇ ਉਹ SHO ਦੇ ਰੂਪ 'ਚ ਹੈ, ਚਾਹੇ SSP ਦੇ ਰੂਪ 'ਚ ਹੈ, ਸਭ ਨੂੰ ਸਿੱਧਾ ਸੰਕੇਤ ਭੇਜਿਆ ਕਿ ਪੰਜਾਬ ਦਾ ਕਿਸਾਨ, ਪੰਜਾਬ ਦਾ ਦਲਿਤ ਪਰਿਵਾਰ, ਪੰਜਾਬ ਦਾ ਵਪਾਰੀ, ਪੰਜਾਬ ਦਾ ਕਿਸਾਨ, ਪੰਜਾਬ ਦੇ ਬੈਕਵਰਡ ਵੀਰ ਅੱਜ ਸਾਰੇ ਰਲ ਮਿਲ ਕੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ, ਵੱਡੇ ਕੈਪਟਨ ਦੇ ਛੋਟੇ ਕੈਪਟਨ ਨੂੰ ਹਰਾ ਕੇ ਸਭ ਤੋਂ ਵੱਡਾ ਸੰਕੇਤ ਮੈਂ ਸਮਝਦਾ ਜਿਮਣੀ ਚੋਣਾਂ 'ਚ ਭੇਜਿਆ। ਹਾਂਜੀ, ਦੇਖੋ ਮੈਂ ਅੱਗੇ ਤੁਹਾਨੂੰ ਗੱਲ ਕੀਤੀ ਹੈ ਕਿ ਜਿਮਣੀ ਚੋਣ ਦਾ ਰਿਕਾਰਡ ਤਾਂ ਕੱਢੋ, ਕਦੇ ਰੂਲਿੰਗ ਹਾਰੀ ਨਹੀਂ, ਔਰ ਇਸ ਰੂਲਿੰਗ 15,000 ਤੋਂ ਵੱਧ ਵੋਟਾਂ ਨਾਲ ਕੈਪਟਨ ਦੇ ਸਭ ਤੋਂ ਚੇਤੇ ਨਿੱਕਾ ਕੈਪਟਨ, ਜਿਹਨੂੰ ਦਾਖੇ ਦੇ ਲੋਕ ਜਾਲੀ ਕੈਪਟਨ ਕਹਿੰਦੇ ਸੀ, ਵਾਕਈ ਉਹਨੂੰ ਅੱਜ ਵੇਲਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਇਹ ਸੰਕੇਤ ਭੇਜਿਆ ਕਿ ਲੋਕ ਅੱਜ ਤੋਂ ਪੰਜਾਬ ਦੇ ਕਾਂਗਰਸ ਦੇ ਖਿਲਾਫ਼ ਨੇ, ਔਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆ ਖਲੋਤੇ।